नाम है वीर जी अपना? जी जगतार सिंह। ठीक है जी। पहला तो थोड़े चैनल के राही वाहगुरू जी का खालसा वाहगुरू जी की फतेह। तो साढ़े काम बहुत अधूरे पे थे, मैं भी साबका मैंबर रह गया, साढ़े नहीं पैर लगे उदों सरकार माड़ियां थी पंचायतां सरपंच। तो हुण असी ने ये बाई नूं सहमति नाल पूरे जोर नाल भी सहमति दिती है भी असी ये बंदे ते आसां उम्मीदां ने सानूं भी सानूं ये काम करके देऊगा। तो बाकी सिरे साडा जिहड़ा ये पिंड दा काम है, हर एक बंदा साडा रिश्तेदार भी लागे ते कहण भी यार थोड़े तुसीं आप मौके ते मैंबर रह गए, तो भी थोड़े दा आप ते चुल्हिआं ते गंद पिया पिया। ये हम बाई नूं कह के बाई दा सहयोग नाल पूरे उस नाल असीं पूरा पिंड दी सफाई करांगे। ठीक है ना, असीं पल्लियों भी लावांगे जे कोई सानूं नहीं भी सरकार वो करदी, असीं पल्लियों भी जो भी ये बाई दे नाल खड़े असीं मोढे नाल मोढा ला के असीं खड़ांगे। जदों पंच इस तरह दा कम करदा किवें देखदे हो? बहुत वधिया जी, ये बंदे नूं जज्बा ती। चलो दो बारी असीं नहीं इहनूं मौका दित्ता, दो बारी पहलां चलो असीं मन के चलो मैं आप ही कह रहा भी असीं हरात आए भी, पर सानूं ये पता लग्या भी हाँ ठीक है भी ये बंदा भी अपने नूं भी ज़्यादा काम करना चाहुंदा है। तो असीं तां करके ये बंदे नूं सहयोग दिता है भी। बाकी होर आई जे बंदे नूं 10 वोटां पै जांदियां ने, 10 वोटां 'च भी बंदा हंकार नाल अंदर बह जांदा। इहनूं अज्ज 6 दिन हो गए नाला कड्ढी जांदा आप कही ਚੱਕ ਕੇ, ਸਾਰੀ ਇਹਦੇ ਵਿੱਚੋਂ ਜਿੰਨਾ ਵੀ ਹੈਗਾ ਤੀ ਸਾਰੇ ਨਾਲੇ ਇਹਨੇ बंदे ने आप ਆਪਦੇ ਕੋਲੋਂ ਪੈਸੇ ਲਾ ਕੇ, ਸਾਨੂੰ ਨਹੀਂ ਕਿਹਾ ਇਹਦਾ। ਅੱਜ ਇਹਨੇ ਕਿਹਾ ਵੀ ਅੱਜ ਵੀ ਜਿਹੜਾ ਆਪਾਂ अपना पिंड दा है रूड़ियां राड़ियां जिहड़ियां चक्कणियां भी ये असीं ट्रैक्टर लाए ने। ये सानूं ये भी कह रहे भी मैं तेल पा दूँ भी ना, पर तेल असीं लैंदे नहीं इतों, क्यों ये भी साडे वर्गा एक गरीब बंदा है भी ये बंदे नूं शौंक है काम करन दा, ये काम करके दिखाऊगा, सानूं भी पूरी आस है इहदे ते। की नाम है वीर जी अपना? मेरा नाम कृष्ण बाबा जी। किहड़ा पिंड है? पिंड नमोल। ठीक है कृष्ण जी, किस तरह मतलब तुहानूं पंच चुणिआ हैगा ते किस तरह दे हुण तुसीं काम करवा रहे हो? ਅਸੀਂ ਮੈਨੂੰ ਪਿੰਡ ਨਮੋਲ ਵਾਸੀਆਂ ਨੇ ਸਰਬਸੰਮਤੀ ਨਾਲ ਪੰਚਾਇਤ ਮੈਂਬਰ ਚੁਣਿਆ ਜੀ। ਮੈਂ ਲੋਕਾਂ ਨਾਲ ਜੋ ਵਾਅਦੇ ਕੀਤੇ ਨੇ, ਨਾਲੀਆਂ ਦੀ ਸਫਾਈ ਦਾ ਕੰਮ, ਸੜਕ ਦਾ ਕੰਮ, ਜਿਹੜੇ ਵੀ ਸੜਕ ਦੇ ਰੂੜੀਆਂ ਲੱਗੀਆਂ ਹੋਈਆਂ ਨੇ, ਜਿਹੜੇ ਕੰਮ ਪਹਿਲਾਂ ਪੰਚਾਇਤਾਂ ਤੋਂ ਨਹੀਂ ਹੋਏ ਉਲਝੇ ਹੋਏ ਸੀ, ਉਹ ਆਪਾਂ ਇਹਨੇ ਵੀ ਧੱਕੇ ਨਾਲ ਪਿਆਰ ਨਾਲ ਲੋਕਾਂ ਨੂੰ ਸਮਝਾ ਕੇ ਲੋਕਾਂ ਦਾ ਆਪਾਂ ਨੂੰ ਸਹਿਯੋਗ ਹੈ ਨਾ, ਆਪਾਂ ਲੜਾਈ ਹੋਣ ਦੀ ਹੈ ਨਾ ਵਿਰੋਧ ਹੋਣ ਦੀ ਹੈ, ਪਿਆਰ ਨਾਲ ਹੀ ਕਿਸੇ ਦਾ ਨੁਕਸਾਨ ਨਹੀਂ ਕਰਦੇ, ਉਹ ਸਾਰੇ ਮਸਲੇ ਪਹਿਲੇ ਆਧਾਰ ਤੇ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਜੀ। ਕਿਹੜੇ ਕਿਹੜੇ ਕੰਮ ਨੇ ਜਿਹੜੇ ਹੁਣ ਤੱਕ ਤੁਸੀਂ ਸ਼ੁਰੂਆਤ ਕਰੀ ਹੈ ਜਿਨ੍ਹਾਂ ਨੂੰ ਲੈ ਕੇ ਝਗੜੇ ਹੁੰਦੇ ਸੀ ਜਾਂ ਬਹੁਤ ਸਾਰੇ ਮਸਲੇ ਸੀਗੇ ਜਿਹੜੇ ਇਸੇ ਤਰ੍ਹਾਂ ਪਏ ਸੀਗੇ? ਅਸੀਂ ਪਹਿਲਾਂ ਸਭ ਤੋਂ ਨਾਲੀਆਂ ਦਾ ਮਸਲਾ ਸੀਗਾ ਪਿੰਡ ਦਾ, ਜਿਹੜੀਆਂ ਪਿੰਡ ਦੀਆਂ ਨਾਲੀਆਂ ਨੇ ਉਹ ਬੰਦ ਹੋਈਆਂ ਪਈਆਂ ਸੀ। ਚਲੋ ਜੋ ਵੀ ਪੰਚਾਇਤ ਮੈਂਬਰ ਪਹਿਲਾਂ ਹੈਗੇ ਤੇ ਸਾਡੇ ਭਰਾਈ ਤੇ ਕਈ ਵਾਰ ਬੰਦੇ ਕੋਲੇ ਕੋਈ ਪਾਵਰ ਨਹੀਂ ਹੁੰਦੀ, ਕਈ ਵਾਰ ਸਾਡੇ ਬੰਦਿਆਂ ਨੂੰ ਝੂਠੇ ਪਰਚਿਆਂ 'ਚ ਵੀ ਫਸਾਇਆ ਗਿਆ, ਜੋ ਪਹਿਲਾਂ ਪੰਚਾਇਤ ਦੇ ਬੰਦੇ ਸੀਗੇ ਉਹ ਵੀ ਗਲਤ ਹੋਇਆ। ਪਰ ਜੋ ਹੁਣ ਬੀਆਂ ਦਾ ਕੰਮ ਹੈ, ਸੜਕ ਤੇ ਰੂੜੀਆਂ ਨੇ, ਉਹ ਆਪਾਂ ਸਾਰਾ ਜੋ ਕਾਨੂੰਨ ਦੇ ਦਾਇਰੇ 'ਚ ਆਉਂਦਾ ਕੰਮ ਉਹ ਸਾਰਾ ਇੱਕ ਨੰਬਰ 'ਚ ਕਰਾਂਗੇ। ਅੱਜ ਕੀ ਕਰ ਰਹੇ ਹੋਗੇ? ਅੱਜ ਅਸੀਂ ਮੇਨ ਰੋਡ ਤੇ ਜਿਹੜੀਆਂ ਰੂੜੀਆਂ ਲੱਗੀਆਂ ਹੋਈਆਂ ਨੇ ਮੇਨ ਇਹਨਾਂ ਦੀ ਸਫਾਈ ਕਰ ਰਹੇ ਹਾਂ ਜੀ। ਇਹਨਾਂ ਨੂੰ ਚੱਕ ਕੇ ਸਾਰਿਆਂ ਨੂੰ ਆਪਦੇ ਖੇਤ 'ਚ ਸਿੱਟ ਰਹੇ ਹਾਂ। ਕਿੰਨੀ ਕੀ ਸਮੱਸਿਆ ਆ ਰਹੀ ਸੀ ਇਹਨਾਂ ਦੇ? ਇਹਨਾਂ ਦੀ ਸਮੱਸਿਆ ਬਹੁਤ ਸੀ, ਐਕਸੀਡੈਂਟ ਹੁੰਦੇ ਸੀ, ਰੋਜ਼ ਕੰਪਲੇਂਟਾਂ ਆਉਂਦੀਆਂ ਸੀਗੀਆਂ, ਬਹੁਤ ਨੁਕਸਾਨ ਹੁੰਦਾ ਸੀਗਾ, ਜਿਹਦੇ ਨਾਲ ਆਉਣ ਜਾਣ ਵਾਲਿਆਂ ਨੂੰ ਕਿਸੇ ਨੂੰ ਸਮੱਸਿਆ ਦਾ ਕੋਈ ਸਾਹਮਣਾ ਨਹੀਂ ਕਰਨਾ ਪਊਗਾ। ਤੁਹਾਨੂੰ ਲੋਕਾਂ ਨੇ ਚੁਣਿਆ ਹੈਗਾ, ਕਿਸ ਤਰ੍ਹਾਂ ਚੁਣਾਅ ਹੋਇਆ ਤੁਹਾਡਾ? ਮੇਰੇ ਤੇ ਵਿਸ਼ਵਾਸ ਕੀਤਾ ਲੋਕਾਂ ਨੇ, ਕਿਉਂਕਿ ਜਦੋਂ ਅਸੀਂ ਕੋਈ ਵੀ ਲੀਡਰਾਂ, ਸਾਡੇ ਲੋਕ ਨੇ ਜਿਹੜੇ ਲੀਡਰਾਂ ਤੋਂ ਇੰਨਾ ਅੱਕ ਚੁੱਕੇ ਨੇ, ਅਸੀਂ ਪਹਿਲਾਂ ਵਾਅਦੇ ਕੁਝ ਹੋਰ ਕਰਦੇ ਹਾਂ ਕੰਮ ਕਰਦੇ ਨਹੀਂ। ਮੇਰਾ ਮਤਲਬ ਇਹ ਹੈ ਵੀ ਆਪਾਂ ਰਿਜ਼ਲਟ ਦੇਈਏ। ਤੁਹਾਨੂੰ ਲੱਗਦਾ ਵੀ ਜਿਹੜਾ ਸੰਮਤੀ ਦੇ ਰਾਹੀਂ ਕੋਈ ਚੁਣਿਆ ਜਾਂਦਾ ਹੈਗਾ ਤਾਂ ਲੋਕਾਂ ਨੂੰ ਵਿਸ਼ਵਾਸ ਹੁੰਦਾ ਕਿ ਵਿਅਕਤੀ ਕੁਝ ਕਰੂਗਾ? ਹਾਂ, ਔਰ ਜੇ ਉਹਨਾਂ ਨੇ ਆਪਣੇ ਤੇ ਵਿਸ਼ਵਾਸ ਕੀਤਾ ਜੀ, ਫਿਰ ਇੱਕ ਗੱਲ ਇਹ ਹੁੰਦੀ ਹੈ ਵੀ ਇੱਕ ਪਾਰਟੀ, ਹੁਣ ਮੇਰੇ ਵਾਰਡ ਦੇ ਵਿੱਚ ਅਕਾਲੀ ਵੀ ਰਹਿੰਦੇ ਨੇ, ਕਾਂਗਰਸੀ ਵੀ ਰਹਿੰਦੇ ਨੇ, ਸਿਮਰਜੀਤ ਮਾਨ ਦੇ ਵੀ ਰਹਿੰਦੇ ਨੇ, ਮੇਰਾ ਸਾਰੀਆਂ ਪਾਰਟੀਆਂ ਨੇ ਮੈਨੂੰ ਸਹਿਯੋਗ ਦਿੱਤਾ, ਮੇਰਾ ਕਿਸੇ ਨਾਲ ਕੋਈ ਵਿਰੋਧ ਨਹੀਂ ਹੈਗਾ। ਮੈਂ ਹਰ ਇੱਕ ਨੂੰ ਇੱਕ ਅੱਖ ਨਾਲ ਦੇਖ ਕੇ ਹਰ ਇੱਕ ਦਾ ਬਿਨਾਂ ਬੈਰ ਵਿਰੋਧ ਤੋਂ ਸਾਰੇ ਦਾ ਵਿਕਾਸ ਕਰੂੰਗਾ।